ਟ੍ਰਿਪ ਸਟਾਰਟ ਸਾਡਾ, ਮੈਂ ਅਤੇ ਮੇਰੇ ਨਾਲ ਮੇਰੇ ਵਹੀ ਪੁਰਾਣੇ ਆੜੀ ਦੂਜਾ ਜੀ। ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਦੁਬਾਰਾ ਫਿਰ ਤੋਂ ਕਮੈਂਟਰੀ ਸਟਾਰਟ ਆ ਜੀ ਸਾਡੀ। ਅੰਬਾਲਾ ਕ੍ਰੋਸ ਹੋ ਗਏ ਆ, ਇਸ ਵਾਰ ਅਸੀਂ ਜਾ ਰਹੇ ਹਾਂ ਜੀ ਇੰਟਰਨੈਸ਼ਨਲ ਟ੍ਰਿਪ, ਔਰ ਹੈ ਤਾਂ ਸਾਡਾ ਲੌਂਗ ਟ੍ਰਿਪ ਦੋਨਾਂ ਦਾ ਇਕੱਠਾ ਸੈਕਿੰਡ, ਪਹਿਲਾਂ ਲੇਹ ਲੱਦਾਖ, ਸੈਕਿੰਡ ਅਸੀਂ ਇਹ ਟ੍ਰਿਪ ਕਰ ਰਹੇ ਇੰਟਰਨੈਸ਼ਨਲ ਇਨ ਸੈਂਸ ਦੀ ਕੰਟਰੀ ਦੂਸਰੀ। ਇਸ ਵਾਰ ਜਾ ਰਹੇ ਅਸੀਂ ਨੇਪਾਲ, ਇੰਟਰਨੈਸ਼ਨਲ ਘੋੜਾ ਹੱਟ ਕੇ ਘੋੜੇ ਤਿਆਰ ਨੇ, ਇੱਕ ਲਾਲ ਘੋੜਾ ਇੱਕ ਚਿੱਟਾ ਘੋੜਾ, ਚਿੱਟਾ ਘੋੜਾ ਮਸਤ ਸਟਾਰਟਿੰਗ ਹੈ ਜੀ। ਅਸੀਂ ਪਹਿਲਾ ਸਟੋਪ ਜਿਹੜਾ ਮਾਰਿਆ ਜੀ ਸਿੱਧਾ ਹਰਿਆਣੇ ਪੰਜਾਬ ਤੋਂ ਨਿਕਲ ਗਏ, ਬ੍ਰੇਕਫਾਸਟ ਕੀਤਾ, ਹੁਣ ਚਾਹ ਪੀਤੀ ਹੈ, ਸਵਾ ਕੁ 9 ਵਜੇ ਦਾ ਟਾਈਮ ਹੈ ਔਰ ਸਵੇਰੇ 7 ਵਜੇ ਚੱਲੇ ਜੀ। ਪਰਮਾਤਮਾ ਨੇ ਦਿਆ ਜੀ, ਬੈਸਟ ਜਰਨੀ ਚੱਲ ਰਹੀ ਹੈ ਸਾਡੀ, ਕੋਸ਼ਿਸ਼ ਹੈ ਨੈਕਸਟ ਸਟੋਪ ਦਿੱਲੀ ਮਾਰੀ ਹੈ ਔਰ ਦੈਨ ਆਗਰਾ। ਸਾਡਾ ਦਿਲ ਹੈ ਕਿ ਅੱਜ ਅਸੀਂ ਲਖਨਊ ਪਹੁੰਚ ਜਾਂਦੇ ਹਾਂ, ਜੇ ਲਖਨਊ ਪਹੁੰਚ ਜਾਂਦੇ ਤਾਂ ਮੈਨੂੰ ਤੁਸੀਂ ਦੱਸ ਦਿਓ ਕਿੱਦਾਂ ਕਰ ਪਹੁੰਚ ਕੇ, ਤਾਂ ਰੈਂਟ ਵੀ ਸਾਨੂੰ ਈਜ਼ੀ ਰਹੇਗਾ, ਦੂਸਰੇ ਦਿਨ ਜਿੱਦਾਂ ਪੋਖਰਾ ਨੇਪਾਲ ਐਂਟਰ ਕਰਦਾ, ਪ੍ਰੋਸੈਸ ਉੱਥੇ ਵੀ ਦੇਖਾਂਗੇ ਕੀ ਟਾਈਮ ਲੱਗਦਾ ਕੀ ਨਹੀਂ ਪਤਾ ਨਹੀਂ, ਅੱਜ ਤੁਹਾਨੂੰ ਪਤਾ ਅਸੀਂ ਪਹਿਲੀ ਵਾਰ ਜਾ ਰਹੇ ਹਾਂ, ਬਹੁਤ ਸੋ ਵਧੀਆ ਰਹੇਗਾ, ਬਹੁਤ ਵਧੀਆ ਰਹੇਗਾ ਜੀ, ਬਹੁਤ ਵਧੀਆ ਰਹੇਗਾ। ਥੈਂਕਸ ਉਸ ਪਰਮਾਤਮਾ ਦਾ ਫਿਰ ਦੁਬਾਰਾ ਜਿਹਨੇ ਸਾਨੂੰ ਦੁਬਾਰਾ ਇਹ ਮੌਕਾ ਦਿੱਤਾ। ਬਾਕੀ ਫੇਸਬੁੱਕ 'ਚ ਜਿੱਥੇ ਤੱਕ ਹੋਇਆ ਲਾਈਵ ਹੋਵਾਂਗੇ, ਸੋਸ਼ਲ ਮੀਡੀਆ ਤਾਂ ਸਾਡੀ ਲਾਈਵ ਬੰਦ ਹੋ ਜਾਂਦੀ ਹੈ ਜੀ ਨਾਲ ਨਾਲ, ਇੰਸਟਾਗ੍ਰਾਮ 'ਤੇ ਵੀ ਸਾਨੂੰ ਫੋਲੋ ਕਰੋ, ਮੇਰਾ ਇੰਸਟਾਗ੍ਰਾਮ ਆਈ ਡੀ ਹੈਗਾ ਹੀਰਾ ਰਾਈਡਰ, ਥੱਲੇ ਆ ਰਿਹਾ ਹੋਏਗਾ। ਹਰਮੀਤ ਭਾਈ ਦਾ ਹੈਗਾ ਹਰਮੀਤ 4359 5 9। ਟਾਈਮ ਸੀਗਾ ਤਕਰੀਬਨ, ਰੋਟੀ ਖਾਣ ਰੁਕੇ ਹੈ, ਰੋਟੀ ਖਾਧੀ ਹੈ, ਛੋਟਾ ਜਿਹਾ ਢਾਬਾ ਲੇਕਿਨ ਸਬਜ਼ੀ ਭਾਜੀ ਟੇਸਟੀ ਸੀ, ਅਸੀਂ ਦੇਖ ਰਹੇ ਹਾਂ ਸ਼੍ਰੀ ਸ਼ਿਆਮ ਢਾਬਾ ਲੰਚ ਡਿਨਰ ਬ੍ਰੇਕਫਾਸਟ, ਸਬਜ਼ੀ ਸਵਾਦ ਸੀ, ਰੋਟੀ ਦੂਜਾ ਜੀ ਲੈ ਕੇ ਆਏ ਸੀਗੇ, ਪਰੌਂਠੀਆਂ ਉਹੀ ਚੱਲ ਗਈਆਂ ਭਜਾਈ ਹੱਥਾਂ ਦੀਆਂ, ਅਸੀਂ ਖਾਧੀ। ਆਗਰਾ ਇੱਥੋਂ ਰਹਿ ਗਿਆ ਜੀ ਸਿਰਫ 125 ਕਿਲੋਮੀਟਰ, ਆਰਾਮ ਨਾਲ ਜਾਂਦੇ ਹਾਂ ਅਤੇ ਦੇਖਦੇ ਹਾਂ ਜੇ ਪਹੁੰਚ ਸਕੇ ਤਾਂ ਆਪਾਂ, ਸਾਡਾ ਟਾਰਗੇਟ ਲਖਨਊ ਆ, ਔਰ ਜੇ ਨਹੀਂ ਪਹੁੰਚ ਸਕਦੇ ਆਗਰੇ ਸਟੇ ਕਰਾਂਗੇ, ਨੈਕਸਟ ਡੇ ਚਲ ਜਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਔਰ ਬਾਈਕਸ ਨੇ ਬਹੁਤ ਸਾਥ ਦਿੱਤਾ ਜੀ, ਬਾਈਕ ਤੁਸੀਂ ਦੇਖ ਸਕਦੇ ਹੋ, ਦੋਨੇ ਸਾਡੀਆਂ ਖੜੀਆਂ ਨੇ। ਸਤਿ ਸ਼੍ਰੀ ਅਕਾਲ ਜੀ ਭਾਅ ਜੀ ਅਤੇ ਸਭ ਭਰਾਵਾਂ ਨੂੰ, ਗਰੁੱਪ ਦੇ ਸਾਰੇ ਮੈਂਬਰਾਂ ਨੂੰ, ਨੇਪਾਲ ਜਾ ਰਹੇ ਹਾਂ ਭਾਈ ਨੇ ਦੱਸ ਹੀ ਦਿੱਤਾ ਹੋਣਾ ਤੁਹਾਨੂੰ, ਅਤੇ ਸਵੇਰੇ ਤੁਹਾਨੂੰ ਜਾਈ ਨੇ ਆਪ ਦੱਸਿਆ ਸੀ, ਲੰਚ ਕਰਨ ਲਈ ਰੁਕੇ ਸੀ ਅਤੇ ਬਹੁਤ ਘੰਟਾ ਕੁ ਆਰਾਮ ਵੀ ਕੀਤਾ, ਰਿਲੈਕਸ ਵੀ ਹੋ ਗਈ ਅਤੇ ਹੁਣ ਆਗਰਾ ਪਹੁੰਚ ਕੇ ਸ਼ਾਮ ਨੂੰ ਫਿਰ ਮਿਲਾਂਗੇ ਤੁਹਾਨੂੰ। ਇੱਕ ਚੀਜ਼ ਦੱਸਣਾ ਚਾਹੂੰਗਾ, ਅਸੀਂ ਸੋਨੀਪਤ ਤੋਂ ਟਰਨ ਲਿਆ ਸੀਗਾ ਰਾਈਟ ਸਾਈਡ 'ਤੇ,
ਉਹ ਹਾਈਵੇ ਤੇ ਘੱਟੋ ਘੱਟ ਮੇਰੇ ਖਿਆਲ 15-15-20 ਕਿਲੋਮੀਟਰ ਤੱਕ ਤਾਂ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ ਪਹਿਲੀ ਗੱਲ, ਔਰ ਸ਼ਾਇਦ ਅਸੀਂ ਇੱਕ ਪੈਟਰੋਲ ਪੰਪ ਔਨ ਹਾਈਵੇ ਦੇਖਿਆ, ਅਸੀਂ ਉੱਥੇ ਤੇਲ ਫਿਲ ਕਰਾਇਆ। ਸੈਕਿੰਡ, ਇਹ ਹਾਈਵੇ 'ਤੇ ਵੀ ਅੰਦਰ ਇੱਧਰ ਪਿੱਛੇ ਢਾਬੇ ਨੇ, ਜਿਸ ਤਰ੍ਹਾਂ ਤੁਸੀਂ ਆਹ ਦੇਖ ਰਹੇ ਹੋ, ਇਸੇ ਤਰ੍ਹਾਂ ਮੇਰੇ ਵਿੱਚ ਨਿਗਾਹ ਮਾਰੋ, ਆਹ ਢਾਬੇ ਨੇ, ਸਾਰੇ ਰੋਡ 'ਤੇ ਹੀ ਟਰੱਕ ਖੜ੍ਹੇ ਨੇ, ਔਰ ਇੱਥੋਂ ਉੱਤਰ ਕੇ ਅਸੀਂ ਥੱਲੇ ਆ ਕੇ ਅਤੇ ਰੋਟੀ ਖਾਣ ਆਏ ਹਾਂ। ਭਾਅ ਜੀ ਕੱਟ ਰੱਖਿਆ ਸੀਗਾ, ਢਾਬੇ ਦੀ ਨਿਸ਼ਾਨੀ ਹੈ ਕੋਲ ਠੇਕਾ। ਹਾਂ ਠੇਕਾ। ਮੇਨ ਹਾਈਵੇ 'ਤੇ ਯਮੁਨਾ ਅਗਰਾ ਲਖਨਊ ਐਕਸਪ੍ਰੈਸ ਹਾਈਵੇ 'ਤੇ ਸੀ ਅਸੀਂ ਹੁਣੇ, ਉੱਥੋਂ ਥੋੜ੍ਹਾ ਥੱਲੇ ਉੱਤਰੇ, ਸਾਡਾ ਪੈਟਰੋਲ ਖਤਮ ਸੀਗਾ, ਪੈਟਰੋਲ ਪਵਾਇਆ, ਪੈਟਰੋਲ ਪਵਾ ਕੇ ਅਤੇ ਚਾਹ ਸ਼ਾਹ ਪੀਤੀ। ਆਹ ਮੇਨ ਹਾਈਵੇ ਪਿੱਛੇ ਮੇਰੇ ਦੇਖ ਰਹੇ ਹਾਂ ਅਸੀਂ, ਆ ਕੇ ਸਾਰਾ ਹੁਣ ਅਸੀਂ ਮੇਨ ਦੁਬਾਰਾ ਹਾਈਵੇ 'ਤੇ ਚੜ੍ਹਨ ਲੱਗੇ ਹਾਂ। ਹਾਈਵੇ ਬਹੁਤ ਸ਼ਾਨਦਾਰ ਬਣਾਇਆ ਜੀ, ਟੋਲ ਤਾਂ ਜ਼ਰੂਰ ਲੱਗਦਾ, ਬਾਈਕ ਦਾ ਟੋਲ ਵੀ ਤਕਰੀਬਨ 300 ਰੁਪਏ ਪਰ ਬਾਈਕ ਦਾ ਟੋਲ ਲੱਗਾ ਸਾਡਾ, ਟੋਟਲ 600 ਰੁਪਏ ਟੋਲ ਲੱਗਾ ਜੀ, ਲੇਕਿਨ ਰਾਈਡ ਔਸਮ ਹੈ ਜੀ ਇੱਥੋਂ ਦੀ, ਮੈਮਰੇਬਲ। Thank you.